ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਮਚੀ ਹੈ। ਦੱਸ ਦਈਏ ਕਿ ਪਾਣੀ ਜਿੱਥੇ ਨਿਕਲ ਚੁੱਕਾ ਹੈ ਉੱਥੇ ਹੀ ਹੁਣ ਦੋ ਪੁਲ ਢਹਿ ਢੇਰੀ ਹੋ ਗਏ ਨੇ। ਦੋ ਪੁਲਾਂ ਦਾ ਨਾਮੋ ਨਿਸ਼ਾਨ ਤੱਕ ਪਤਾ ਨਹੀਂ ਲੱਗ ਸਕਿਆ। ਡਰੋਨ ਰਾਹੀਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਰਸਾਤ ਤੋਂ ਬਾਅਦ ਕੀ ਮਾਹੌਲ ਇਸ ਸਮੇਂ ਹਿਮਾਚਲ ਦੇ ਲਾਹੌਲ ਸਪੀਤੀ ਦਾ। ਤਾਂ ਦੱਸ ਦਈਏ ਕਿ ਭਿਆਨਕ ਤਬਾਹੀ ਮਚੀ ਹੈ, ਕਈ ਲੋਕ ਘਰ ਤੋਂ ਬੇਘਰ ਹੋ ਗਏ ਨੇ ਅਤੇ ਡਰੋਨ ਰਾਹੀਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੱਦਲ ਫਟਿਆ ਤਾਂ ਉਸ ਸਮੇਂ ਪਾਣੀ ਜੋ ਹੈ ਠਾਠਾਂ ਮਾਰਦਾ ਹੋਇਆ ਇੱਥੋਂ ਨਿਕਲਿਆ ਅਤੇ ਕਈ ਘਰਾਂ ਨੂੰ ਇਸਨੇ ਤਬਾਹ ਕਰ ਦਿੱਤਾ ਹੈ। ਤਾਂ ਤਬਾਹੀ ਤੋਂ ਬਾਅਦ ਦੀਆਂ ਇਹ ਤਸਵੀਰਾਂ ਆਈਆਂ ਨੇ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਲਾਹੌਲ ਸਪੀਤੀ ਦੇ ਵਿੱਚ ਜੋ 4 ਤਰੀਕ ਨੂੰ ਬੱਦਲ ਫਟਿਆ ਸੀ, ਉਸ ਤੋਂ ਬਾਅਦ ਜੋ ਹੈ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ 1 ਅਗਸਤ ਨੂੰ ਮੰਡੀ ਇਲਾਕੇ ਦੇ ਵਿੱਚ ਬੱਦਲ ਫਟਿਆ ਸੀ ਹਿਮਾਚਲ ਦੇ, ਉੱਥੇ ਬਿਆਸ ਦਰਿਆ ਦੇ ਵੱਲੋਂ ਲਗਾਤਾਰ ਤਬਾਹੀ ਮਚਾਈ ਗਈ ਸੀ ਅਤੇ ਇਸੇ ਵਿਚਕਾਰ ਜਦੋਂ ਲਾਹੌਲ ਸਪੀਤੀ ਦੇ ਵਿੱਚ ਬੱਦਲ ਫਟਿਆ ਤਾਂ ਇਹ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਡਰੋਨ ਰਾਹੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪਹਾੜ ਨੇ ਉਹ ਵੀ ਢਹਿ ਢੇਰੀ ਹੋਏ ਨਜ਼ਰ ਆ ਰਹੇ ਨੇ। ਲੈਂਡਸਲਾਈਡ ਹੋਈ ਸੀ ਭਿਆਨਕ ਤਰੀਕੇ ਦੀ ਅਤੇ ਇਸ ਤੋਂ ਇਲਾਵਾ ਕਈ ਘਰ ਜੋ ਨੇ ਉਹ ਪਾਣੀ ਦੇ ਵਿੱਚ ਹੀ ਰੁੜ ਗਏ ਸੀ। ਲੋਕ ਘਰ ਤੋਂ ਬੇਘਰ ਹੋ ਗਏ ਨੇ, ਪਸ਼ੂ ਜੋ ਨੇ ਉਹ ਕਿੰਨੇ ਹੀ ਇਸ ਨਦੀ ਦੇ ਵਿੱਚ ਰੁੜ ਗਏ ਅਤੇ ਕਈ ਪਸ਼ੂ ਹਾਲੇ ਜੋ ਬਚੇ ਨੇ ਉਹ ਪਹਾੜਾਂ ਦੇ ਉੱਪਰ ਹੁਣ ਰਹਿਣ ਦੇ ਲਈ ਮਜਬੂਰ ਨੇ। ਨਾ ਤਾਂ ਇਹਨਾਂ ਨੂੰ ਖਾਣ ਦੇ ਲਈ ਚਾਰਾ ਮਿਲ ਰਿਹਾ ਅਤੇ ਨਾ ਹੀ ਇਹ ਕੁਝ ਕਰ ਪਾ ਰਹੇ ਨੇ। ਤਾਂ ਇਹ ਭਿਆਨਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ। ਲਾਹੌਲ ਸਪੀਤੀ ਦੇ ਵਿੱਚ ਜੋ ਬੱਦਲ ਫਟਿਆ ਸੀ ਉਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਸਾਹਮਣੇ ਆਇਆ ਸੀ ਅਤੇ ਹੁਣ ਇਹ ਬਾਅਦ ਦੀਆਂ ਤਸਵੀਰਾਂ ਦੇਖਣ ਦੇ ਵਿੱਚ ਸਾਹਮਣੇ ਆਈਆਂ ਨੇ। ਹਿਮਾਚਲ ਦੇ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਮਚੀ ਹੈ। ਦੱਸ ਦਈਏ ਕਿ ਪਾਣੀ ਜਿੱਥੇ ਨਿਕਲ ਚੁੱਕਾ ਹੈ ਉੱਥੇ ਹੀ ਹੁਣ ਦੋ ਪੁਲ ਢਹਿ ਢੇਰੀ ਹੋ ਗਏ ਨੇ। ਦੋ ਪੁਲਾਂ ਦਾ ਨਾਮੋ ਨਿਸ਼ਾਨ ਤੱਕ ਪਤਾ ਨਹੀਂ ਲੱਗ ਸਕਿਆ। ਡਰੋਨ ਰਾਹੀਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਰਸਾਤ ਤੋਂ ਬਾਅਦ ਕੀ ਮਾਹੌਲ ਇਸ ਸਮੇਂ ਹਿਮਾਚਲ ਦੇ ਲਾਹੌਲ ਸਪੀਤੀ ਦਾ। ਤਾਂ ਦੱਸ ਦਈਏ ਕਿ ਭਿਆਨਕ ਤਬਾਹੀ ਮਚੀ ਹੈ, ਕਈ ਲੋਕ ਘਰ ਤੋਂ ਬੇਘਰ ਹੋ ਗਏ ਨੇ ਅਤੇ ਡਰੋਨ ਰਾਹੀਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੱਦਲ ਫਟਿਆ ਤਾਂ ਉਸ ਸਮੇਂ ਪਾਣੀ ਜੋ ਹੈ ਠਾਠਾਂ ਮਾਰਦਾ ਹੋਇਆ ਇੱਥੋਂ ਨਿਕਲਿਆ ਅਤੇ ਕਈ ਘਰਾਂ ਨੂੰ ਇਸਨੇ ਤਬਾਹ ਕਰ ਦਿੱਤਾ ਹੈ। ਤਾਂ ਤਬਾਹੀ ਤੋਂ ਬਾਅਦ ਦੀਆਂ ਇਹ ਤਸਵੀਰਾਂ ਆਈਆਂ ਨੇ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਲਾਹੌਲ ਸਪੀਤੀ ਦੇ ਵਿੱਚ ਜੋ 4 ਤਰੀਕ ਨੂੰ ਬੱਦਲ ਫਟਿਆ ਸੀ, ਉਸ ਤੋਂ ਬਾਅਦ ਜੋ ਹੈ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ 1 ਅਗਸਤ ਨੂੰ ਮੰਡੀ ਇਲਾਕੇ ਦੇ ਵਿੱਚ ਬੱਦਲ ਫਟਿਆ ਸੀ ਹਿਮਾਚਲ ਦੇ, ਉੱਥੇ ਬਿਆਸ ਦਰਿਆ ਦੇ ਵੱਲੋਂ ਲਗਾਤਾਰ ਤਬਾਹੀ ਮਚਾਈ ਗਈ ਸੀ ਅਤੇ ਇਸੇ ਵਿਚਕਾਰ ਜਦੋਂ ਲਾਹੌਲ ਸਪੀਤੀ ਦੇ ਵਿੱਚ ਬੱਦਲ ਫਟਿਆ ਤਾਂ ਇਹ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਡਰੋਨ ਰਾਹੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪਹਾੜ ਨੇ ਉਹ ਵੀ ਢਹਿ ਢੇਰੀ ਹੋਏ ਨਜ਼ਰ ਆ ਰਹੇ ਨੇ। ਲੈਂਡਸਲਾਈਡ ਹੋਈ ਸੀ ਭਿਆਨਕ ਤਰੀਕੇ ਦੀ ਅਤੇ ਇਸ ਤੋਂ ਇਲਾਵਾ ਕਈ ਘਰ ਜੋ ਨੇ ਉਹ ਪਾਣੀ ਦੇ ਵਿੱਚ ਹੀ ਰੁੜ ਗਏ ਸੀ। ਲੋਕ ਘਰ ਤੋਂ ਬੇਘਰ ਹੋ ਗਏ ਨੇ, ਪਸ਼ੂ ਜੋ ਨੇ ਉਹ ਕਿੰਨੇ ਹੀ ਇਸ ਨਦੀ ਦੇ ਵਿੱਚ ਰੁੜ ਗਏ ਅਤੇ ਕਈ ਪਸ਼ੂ ਹਾਲੇ ਜੋ ਬਚੇ ਨੇ ਉਹ ਪਹਾੜਾਂ ਦੇ ਉੱਪਰ ਹੁਣ ਰਹਿਣ ਦੇ ਲਈ ਮਜਬੂਰ ਨੇ। ਨਾ ਤਾਂ ਇਹਨਾਂ ਨੂੰ ਖਾਣ ਦੇ ਲਈ ਚਾਰਾ ਮਿਲ ਰਿਹਾ ਅਤੇ ਨਾ ਹੀ ਇਹ ਕੁਝ ਕਰ ਪਾ ਰਹੇ ਨੇ। ਤਾਂ ਇਹ ਭਿਆਨਕ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆਈਆਂ ਨੇ। ਲਾਹੌਲ ਸਪੀਤੀ ਦੇ ਵਿੱਚ ਜੋ ਬੱਦਲ ਫਟਿਆ ਸੀ ਉਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਸਾਹਮਣੇ ਆਇਆ ਸੀ ਅਤੇ ਹੁਣ ਇਹ ਬਾਅਦ ਦੀਆਂ ਤਸਵੀਰਾਂ ਦੇਖਣ ਦੇ ਵਿੱਚ ਸਾਹਮਣੇ ਆਈਆਂ ਨੇ।